ਦੇਖੋ ਜੀ, ਇਹ ਅੱਜ ਦਾ ਜਿਹੜਾ ਇੰਸੀਡੈਂਟ ਕੇਸ ਹੈ, ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ। ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ। ਇਹਦੇ ਵਿੱਚ ਜੋ ਇਹ ਰਿਕਵਰੀ ਹੈ, ਇਹ ਸਾਰੀ ਦੀ ਸਾਰਾ ਸਾਡਾ ਓਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸ ਸੀਗਾ। ਸਾਡੇ ਸੋਰਸਿਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ, ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਅਤੇ ਬਾਰਡਰ ਦੇ ਖਾਸ ਕਰ ਜੋ ਰਾਜਾ ਸਾਂਸੀ ਤੋਂ ਪਰੇ ਦਾ ਜਿਹੜਾ ਖੇਤਰ ਹੈ, ਉਹ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ, ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ। 17 ਤਰੀਕ ਤੋਂ ਬਾਅਦ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਓਬਜ਼ਰਵ ਕੀਤੀ ਗਈ ਹੈ। ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਆ, ਇਹ ਕਈ ਜਿਹੜੀਆਂ ਹੈਰੋਇਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ, ਅਤੇ ਅਸੀਂ ਆਪਣੇ ਜਿਹੜੇ ਹੈ ਸੋਰਸਿਸ ਅਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ। ਇਸੇ ਦੇ ਤਹਿਤ ਹੀ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਹੈ ਉਹਦੀ ਰਿਕਵਰੀ ਹੋਈ ਹੈ। ਇਹ ਜੋ 3 ਦੋਸ਼ੀ ਨੇ, ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਦਰਬਾਰਾ ਸਿੰਘ, ਇਹ ਦੋਨੋਂ ਧਾਲੀਵਾਲ ਦੇ ਰਹਿਣ ਵਾਲੇ ਨੇ, ਤਰਨ ਤਾਰਨ ਦੇ। ਉਸ ਤੋਂ ਬਾਅਦ ਜਸਵੀਰ ਸਿੰਘ ਪੁੱਤਰ ਦਰਬਾਰਾ ਸਿੰਘ, ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਲਈਆਂ ਜ਼ਿਲ੍ਹਾ ਤਰਨ ਤਾਰਨ। ਇਹਨਾਂ ਤੋਂ ਇਹ 2 ਕਿਲੋਗ੍ਰਾਮ ਦੀ ਜਿਹੜੀ ਹੈ ਖੇਪ ਇਹ ਬਰਾਮਦ ਹੋਈ ਹੈ। ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ 'ਤੇ ਸਵਾਰ ਸੀਗੇ, ਜਿਹੜੀ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ, ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ। ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਨੇ, ਕਿਉਂਕਿ ਕਮਰਸ਼ੀਅਲ ਕੁਆਂਟਿਟੀ ਦੀ ਰਿਕਵਰੀ ਹੋਈ ਹੈ, ਮੋਰ ਓਵਰ ਸਾਡੇ ਵੱਲੋਂ ਬੜੀ ਮਾਈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਅਤੇ ਕਿੱਥੇ ਕਿੱਥੇ ਇਹ ਜਾਣ ਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ, ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੇ ਮਾਈਨਿਊਟਲੀ ਜਿਹੜੀ ਹੈ ਉਹਨਾਂ ਨੂੰ ਚੈੱਕ ਕਰ ਰਹੀ ਹੈ। ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਹੈ ਇਹ ਅਲੱਗ ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਅਤੇ ਇਹਨਾਂ ਵੱਲੋਂ ਇਹ ਰਿਸੀਵ ਕੀਤੀ ਗਈ ਹੈ ਅਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ, ਉਹ ਅਜੇ ਪੂਰੀ ਨਹੀਂ ਹੋਈ ਹੈ। ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾ ਵੱਲ ਚੱਲ ਰਹੀ ਹੈ ਅਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਰਿਕਵਰੀ ਹੋ ਜਾਣੀ ਚਾਹੀਦੀ ਹੈ। ਸਰ, ਜਿਹੜੀ ਹੈਰਾਨ ਸੀਗੀ ਇਹ ਵਾਇਰ ਡਰੋਨ ਮੰਗਾਈ ਸੀ, ਔਰ ਸੈਕਿੰਡਲੀ ਕਿੰਨੇ ਚਿਰ ਤੋਂ ਜੁੜੇ ਸੀਗੇ ਇਸ ਮਾਮਲੇ ਦੇ ਵਿੱਚ, ਔਰ ਡਿਲੀਵਰੀ ਜਿਵੇਂ ਤੁਸੀਂ ਕਹਿ ਰਹੇ ਮਤਲਬ ਇਹਨਾਂ ਦੇ ਫਿਰ ਲਿੰਕ ਪਹਿਲਾਂ ਵੀ ਸਪਲਾਈ ਕਰਦੇ ਹੋਣਗੇ? ਦੇਖੋ ਜੀ, ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ, ਪ੍ਰੀਲਿਮਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਨ ਪਾਰਟਸ ਆਈਆਂ ਨੇ ਅਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ, ਅਤੇ ਜਿੱਥੋਂ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਅਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ। ਇਹ ਜਿਹੜਾ ਮੋਡਿਊਲ ਸੀਗਾ, ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰਿਸੀਵਿੰਗ ਅਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰਾਬਤਾ ਸੀ। ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਅਤੇ ਜਿਵੇਂ ਜਿਵੇਂ ਸਾਹਮਣੇ ਆਏਗੀ, ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਜਿਹੜਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ, ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਅਤੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ। ਬਾਰਡਰ ਦੇ ਜਿਹੜੇ ਥਾਣੇ ਨੇ, ਭਿੰਡੀ ਸਾਦਾ, ਕੰਬੋ, ਜਿਹੜਾ ਇਹ ਲੋਪੋਕੇ, ਰਮਦਾਸ ਤੇ ਜਨਾਲਾ ਜੀ, ਇੱਥੇ ਕਾਫੀ ਡਰੋਨ ਦੀ ਮੂਵਮੈਂਟ ਰਹਿੰਦੀ ਹੈ, ਪਲੱਸ ਪਿਛਲੇ ਸਮੇਂ 'ਚ ਅਸੀਂ ਜੋ ਦੇਖਿਆ ਤੁਸੀਂ ਵੀ ਕਾਫੀ ਮੂਵਮੈਂਟ ਵਧਾਈ ਹੈ ਜੀ,
ਇਹ ਫਸਟ ਰਿਕਵਰੀ ਹੈ ਜਾਂ ਤੁਹਾਨੂੰ ਲੱਗਦਾ ਕਿ ਹੋਰ ਵੀ ਆਪਰੇਸ਼ਨ ਚੱਲ ਰਹੇ ਨੇ ਕਿਉਂਕਿ ਜਿਵੇਂ ਪੁਲਿਸ ਦੀ ਲਗਾਤਾਰ ਗਸ਼ਤ ਇਸ ਏਰੀਏ 'ਚ ਵਧੀ ਹੈ ਜੀ? ਜੀ ਬਿਲਕੁਲ ਜੀ, ਤੁਸੀਂ ਦੇਖੋਗੇ ਇਹ ਜੁਲਾਈ ਅਗਸਤ ਦੇ ਵਿੱਚ ਕਾਫੀ, ਅਗਸਤ ਦੇ ਐਂਡ ਦੇ ਵਿੱਚ ਕਾਫੀ ਡਰੋਨ ਮੂਵਮੈਂਟ ਜਿਹੜੀ ਹੈ ਨੋਟਿਸ ਕੀਤੀ ਗਈ ਹੈ। ਉਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਮੂਵਮੈਂਟ ਵਧਾਉਣ ਦੀ, ਇਹ ਡੈਫੀਨੇਟਲੀ ਹੋਈ ਹੈ, ਸਾਡੇ ਵੱਲੋਂ ਹੋਈ ਹੈ, ਕਿਉਂਕਿ BSF ਬੀਇੰਗ ਫਸਟ ਲਾਈਨ ਆਫ ਡਿਫੈਂਸ ਅਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਸੈਕਿੰਡ ਲਾਈਨ ਆਫ ਡਿਫੈਂਸ ਦੇ ਤੌਰ 'ਤੇ ਕੰਮ ਕਰ ਰਹੀ ਹੈ। ਸਾਡੇ ਵੱਲੋਂ ਸ਼ਿਫਟਿੰਗ ਨਾਕਾਜ਼ ਜਿਹੜੇ ਆ ਉਹ ਟਾਈਮ ਟੂ ਟਾਈਮ ਲਗਾਏ ਜਾਂਦੇ ਆ, ਅਤੇ ਉਹ ਜਿਹੜੇ ਸ਼ਿਫਟਿੰਗ ਨਾਕਾਜ਼ ਨੇ ਉਹਨਾਂ ਦਾ ਸ਼ਿਫਟਿੰਗ ਕਰਨ ਦਾ ਜਿਹੜਾ ਜਿਹੜਾ ਕਾਰਨ ਆ ਉਹ ਇਹੀ ਹੈ, ਕਿਉਂਕਿ ਇਹ ਜੋ ਜਿਹੜੇ ਕੰਸਾਈਨਮੈਂਟਸ ਨੇ, ਇਹ ਕੰਸਾਈਨਮੈਂਟਸ ਜਿਹੜੀ ਹੈ ਟਾਈਮ ਟੂ ਟਾਈਮ ਇਹਨਾਂ ਵੱਲੋਂ ਰਿਸੀਵ ਕੀਤੀਆਂ ਜਾਂਦੀਆਂ ਨੇ, ਅਤੇ ਇਹ ਜੋ ਇਹਨਾਂ ਦੇ ਰੂਟਸ ਨੇ ਉਹ ਪਹਿਲਾਂ ਜਿਹੜੇ ਵੈਲ ਡਿਫਾਈਂਡ ਹੁੰਦੇ ਨੇ, ਪਰ ਇਹ ਰੂਟਸ ਆਲਟਰਨੇਟ ਰੂਟਸ ਹੋ ਗਏ ਇਹਨਾਂ ਦੇ, ਜਾਂ ਹੋਰ ਕਿਸੇ ਰੂਟ ਰਾਹੀਂ ਇਹ ਉਹਨਾਂ ਰੂਟਸ ਰਾਹੀਂ ਇਹ ਜਿਹੜੀ ਹੈ ਐਕਸੈਪਟ ਕਰਦੇ ਨੇ। ਸੋ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਇਹ ਨਾਕਾ ਜਿਹੜੇ ਨੇ ਸ਼ਿਫਟ ਹੁੰਦੇ ਰਹਿੰਦੇ ਨੇ ਅਕੋਰਡਿੰਗ ਟੂ ਆਰ ਇਨਫੋਰਮੇਸ਼ਨ ਐਂਡ ਇੰਟੈਲੀਜੈਂਸ, ਅਤੇ ਉਸੇ ਦੇ ਤਹਿਤ ਹੀ ਜਿਸ ਤਰੀਕੇ ਨਾਲ ਇਹ ਰਿਕਵਰੀ ਹੋਈ ਹੈ, ਅਤੇ ਇਹ ਵੀ ਜਿਹੜਾ ਹੈ ਸਾਡੇ ਵੱਲੋਂ ਜਿਹੜੀ ਹੈ ਉਸੇ ਦੇ ਤਹਿਤ ਹੀ ਕੀਤੀ ਗਈ। ਇਹ ਸਾਰੀਆਂ ਜਿਹੜੀਆਂ, ਕਿਉਂਕਿ ਇਹ ਨੌਜਵਾਨ ਨੇ ਜੀ, ਅਤੇ ਬੇਸਿਕਲੀ ਇਹ ਜਿਹੜਾ ਹੈਗਾ ਇਹਨਾਂ ਕੰਮਾਂ ਦੇ ਵਿੱਚ ਜਿਹੜੇ ਇਹ ਲਿਪਤ ਪਾਏ ਗਏ ਨੇ, ਅਤੇ ਪਿਛੋਕੜ ਇਹਨਾਂ ਦਾ ਚੈੱਕ ਕੀਤਾ ਜਾ ਰਿਹਾ, ਜੋ ਵੀ ਇਹਨਾਂ ਦੇ ਪਿਛਲੇ ਪਰਚੇ ਨੇ, ਕ੍ਰਿਮੀਨਲ ਰਿਕਾਰਡ ਹੈ, ਉਹ ਸਾਰਾ ਇਕੱਠਾ ਕੀਤਾ ਜਾ ਰਿਹਾ। ਨਹੀਂ, ਉਹ ਜੰਡਿਆਲਾ ਗੁਰੂ ਹੋਰ ਚੀਜ਼ ਸੀ, ਉਹ ਜਿਹੜਾ ਹੈਗਾ ਉਹ ਇੱਕ ਥਰੈਟਨਿੰਗ ਜਿਹੜੀ ਹੈਗੀ ਕਾਲ ਸੀ, ਐਕਸਟੋਰਸ਼ਨ ਵਾਸਤੇ ਕੀਤੀਆਂ ਗਈਆਂ ਸਨ, ਜਿਹਦੇ ਵਿੱਚ ਜਿਹੜਾ ਹੈ ਗੁਰਿੰਦਰ ਮੇਨ ਕੌਂਸਪੀਰੇਟਰ ਜਿਹੜਾ ਸੀਗਾ ਅਲੋਂਗ ਵਿਦ ਰਮਨਜੀਤ ਸਿੰਘ ਅਤੇ ਬਾਕੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਉਸ ਏਰੀਏ ਦੇ ਸੀਗੇ, ਅਤੇ ਉਹਨਾਂ ਦਾ ਜਿਹੜਾ ਹੈਗਾ ਵੱਖਰਾ ਇੱਕ ਐਕਸਟੋਰਸ਼ਨ ਦਾ ਜਿਹੜਾ ਹੈਗਾ ਉਹ ਮੰਤਵ ਸੀ। ਸਰ, ਜਿਹੜਾ ਇਹ ਰਮਦਾਸ ਵਾਲਾ ਏਰੀਆ ਜੀ, ਤੁਸੀਂ ਉਸ ਦਿਨ ਗਏ ਵੀ ਸੀ, ਇੱਥੇ ਦਰਿਆ ਕ੍ਰੋਸ ਹੁੰਦਾ ਨਾ ਇਸਲੇ ਪਾਸੇ, ਇਸ ਪਾਸੇ ਵੀ ਕਾਫੀ ਸਰ ਹੋਣੀ ਬੈਠੇ, ਯਾਦਵਿੰਦਰ ਸਰ ਹੋਣੀ, ਤੁਹਾਡੀ ਟੀਮਾਂ ਉਸ ਏਰੀਏ ਦੇ ਵਿੱਚ, ਜਿਹੜੇ ਬੜੇ ਸੈਂਸਿਟਿਵ ਜਿਹੇ ਪੁਆਇੰਟ ਹੈ ਜਿੱਥੋਂ ਕਿ ਉਹ ਕ੍ਰੋਸ ਵੀ ਕਰ ਦਿੰਦੇ, ਪਹਿਲੀ ਵੀ ਉੱਥੇ ਹੈ ਜੀ, ਉਸ ਏਰੀਏ 'ਤੇ ਤੁਹਾਡੀ ਕਿਵੇਂ ਦੀ ਆਪਰੇਸ਼ਨ ਕਿਵੇਂ ਚਲਾ ਰਹੇ ਹੋ? ਦੇਖੋ ਜੀ, ਉਹ ਜਿਹੜਾ ਏਰੀਆ ਹੈ ਬੜਾ ਚੈਲੇਂਜਿੰਗ ਹੈ ਸਾਡੇ ਲਈ, ਕਿਉਂਕਿ ਉੱਥੇ ਜਿਹੜਾ ਦਰਿਆ ਹੈ ਉਹ ਦਰਿਆ ਕਾਫੀ ਵਾਰ IB ਦੇ ਪਾਰ ਚਲੇ ਜਾਂਦਾ, ਫਿਰ ਬਾਰਡਰ 'ਤੇ ਥਰੂ ਇੰਡੀਆ 'ਚ ਐਂਟਰ ਕਰਦਾ, ਪੰਜਾਬ 'ਚ ਐਂਟਰ ਕਰਦਾ, ਕਾਫੀ ਉਹਦੇ ਜੋ ਹੈਗੇ ਆ ਉਹ ਜਿਹੜੇ ਵਲਵਲੇਵੇਂ ਨੇ, ਅਤੇ ਸਾਡੇ ਲਈ ਬੜਾ ਚੈਲੇਂਜਿੰਗ ਹੋ ਜਾਂਦਾ, ਕਿਉਂਕਿ ਜਦੋਂ ਵੀ ਬਰਸਾਤਾਂ 'ਚ ਪਾਣੀ ਜਿਹੜਾ ਹੈ ਜ਼ਿਆਦਾ ਚੜ੍ਹ ਜਾਂਦਾ ਉਹਦੇ ਸਮਗਲਿੰਗ ਦੇ ਚਾਂਸਿਸ ਵੀ ਜ਼ਿਆਦਾ ਵੱਧ ਜਾਂਦੇ ਆ, ਅਤੇ ਸਾਡੇ ਵੱਲੋਂ ਟੀਮਾਂ ਵੀ ਜਿਹੜੀਆਂ ਟਾਈਮ ਟੂ ਟਾਈਮ ਜਿਹੜੀਆਂ ਡਿਪਿਊਟ ਕੀਤੀਆਂ ਜਾਂਦੀਆਂ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਪਾਣੀ ਚੜ੍ਹਨ ਦੇ ਨਾਲ ਜਿਹੜੀ ਸਮਗਲਿੰਗ ਦਾ ਜਿਹੜੀ ਇਹ ਐਕਟੀਵਿਟੀ ਹੈ ਕਿਉਂਕਿ ਉਹ ਵੱਧ ਜਾਂਦੀ ਹੈ, ਉਸ 'ਤੇ ਪੂਰੀ ਜਿਹੜੀ ਹੈ ਨਜ਼ਰ ਰੱਖੀ ਜਾਵੇ। ਇਸ ਵਾਰ ਵੀ ਅਸੀਂ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ, ਅਤੇ ਨੰਬਰ ਆਫ ਜਿਹੜੇ ਅਟੈਂਪਟਸ ਹੈ ਸਮਗਲਿੰਗ ਦੇ ਉਹ ਕਾਫੀ ਘਟੇ ਵੀ। ਜੀ ਹਾਂ, ਇਹ ਕਿਉਂਕਿ ਇਹ ਕਮਰਸ਼ੀਅਲ ਕੁਆਂਟਿਟੀ ਹੈ, ਕਲੀਅਰ ਕੱਟ ਕੇਸ ਹੈ, ਅਤੇ ਇਹਦੇ ਵਿੱਚ ਜਿਹੜਾ ਹੈ ਸਾਡੇ ਸੀਨੀਅਰ ਅਫਸਰਸ ਵੱਲੋਂ, DGP ਸਾਹਿਬਾਨ ਵੱਲੋਂ ਕਲੀਅਰ ਕੱਟ ਡਾਇਰੈਕਸ਼ਨਸ ਨੇ ਕਿ ਜਿਹੜੀ ਵੀ ਕਮਰਸ਼ੀਅਲ ਕੁਆਂਟਿਟੀ ਦੀ ਜਿਹੜੀ ਖੇਪ ਬਰਾਮਦ ਹੁੰਦੀ ਹੈ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜੋ ਵੀ ਜਾਇਦਾਦ ਹੈ ਉਹਦੀ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈ ਕੰਪੀਟੈਂਟ ਅਥਾਰਟੀ ਦਿੱਲੀ ਭੇਜ ਕੇ ਉਹਦੀ ਫਰੀਜ਼ਿੰਗ ਕਰਵਾਈ ਜਾਵੇ। ਅਤੇ ਜਿਵੇਂ ਹੁਣ ਇਹ ਜਿਹੜਾ ਹੈ ਸਾਡੇ ਕੋਲ ਇਹ ਦੋਸ਼ੀ ਜਿਹੜੇ ਹੈ ਇਹ ਅਸੀਂ ਗ੍ਰਿਫਤਾਰ ਕਰ ਲਿਆ, ਇਹਨਾਂ ਕੋਲ ਰਿਕਵਰੀ ਹੋਈ ਹੈ, ਅਸੀਂ ਕੇਸ ਬਣਾਵਾਂਗੇ। ਕੇਸ ਬਣਾਉਣ ਦੇ ਲਈ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਪ੍ਰੋਪਰਟੀ ਹੈ ਉਹ ਰੈਵਨਿਊ ਡਿਪਾਰਟਮੈਂਟ ਤੋਂ ਜਾਂ ਕਿਸੇ ਹੋਰ ਵੀ ਕੰਸਰਨ ਡਿਪਾਰਟਮੈਂਟ ਤੋਂ ਜਿਹਦੇ ਤੋਂ ਅਸੀਂ ਉਹ ਪ੍ਰੋਪਰਟੀ ਨੂੰ ਆਈਡੈਂਟੀਫਾਈ ਕਰਾਉਣਾ, ਆਈਡੈਂਟੀਫਾਈ ਕਰਾ ਕੇ ਉਸ ਦੇ ਨਾਲ ਜੋ ਵੀ ਇਸੈਂਸ਼ੀਅਲ ਡਾਕੂਮੈਂਟਸ ਲੱਗਣੇ ਹੈ ਅਤੇ ਤਸਦੀਕੀ ਹੋਣੀਆਂ ਨੇ ਉਹ ਸਾਰਾ ਕੁਝ ਕਰਵਾ ਕੇ ਅਸੀਂ ਫਿਰ ਉਹ ਦਿੱਲੀ ਭੇਜਾਂਗੇ। ਕਿੰਨੀ ਦੇਰ ਤੋਂ ਮਤਲਬ
ਦੇਖੋ ਜੀ ਇਹ ਜਿਹੜੇ ਹੈ ਕਿਉਂਕਿ ਇਹ ਨੌਜਵਾਨ ਨੇ ਜੀ ਅਜੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਅਜੇ ਬਹੁਤੀ ਇਹਨਾਂ ਦੇ ਵੱਲੋਂ ਕੋਈ ਖੁਲਾਸੇ ਨਹੀਂ ਹੋਏ ਕਿਉਂਕਿ ਅੱਜ ਜਿਵੇਂ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਇਹਨਾਂ ਦਾ ਲਿਆ ਹੈ ਅਤੇ ਰਿਮਾਂਡ ਤੋਂ ਬਾਅਦ ਇਹਨਾਂ ਚੰਗੀ ਤਰ੍ਹਾਂ ਜਿਹੜੀ ਹੈ ਪੁੱਛਗਿੱਛ ਕੀਤੀ ਜਾਵੇਗੀ। ਇਹਦੇ ਵਿੱਚ ਜਿਹੜਾ BNS ਦੀਆਂ ਧਾਰਾ ਆਈਆਂ ਜੀ NDPS ਦੇ ਵਿੱਚ ਵੀ ਕੁਛ ਸੰਸ਼ੋਧਨ ਹੈ ਜਾਂ NDPS ਤਹਿਤ ਇਹਦਾ ਮਾਮਲਾ ਦਰਜ ਕੀਤਾ ਗਿਆ ਜਾਂ ਕੋਈ ਸੈਪਰੇਟ ਨਹੀਂ? ਇਹ ਜਿਹੜਾ ਹੈ ਫਿਲਹਾਲ ਜਿਹੜਾ ਹੈ NDPS ਦੇ ਵਿੱਚ ਇਹਦਾ ਜਿਹੜਾ ਹੈ ਅਸੀਂ ਇਹਦਾ ਕਾਰਵਾਈ ਕੀਤੀ ਹੈ। ਸੈਕਿੰਡਲੀ ਜਿਹੜਾ ਹੈ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਵੀ ਸੀਗਾ ਉਹ ਵੀ ਵਿੱਚ ਅਸੀਂ ਪਾਇਆ ਹੈ ਕਿਉਂਕਿ ਉਹ ਜਿਹੜਾ ਯੂਜ਼ ਫੋਰ ਕ੍ਰਾਈਮ ਹੈਗਾ ਕ੍ਰਿਮੀਨਲ ਐਕਟੀਵਿਟੀ ਯੂਜ਼ ਕੀਤਾ ਇਹਨਾਂ ਨੇ। ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਹੀ BNS ਦੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਹੈ ਧਾਰਾਵਾਂ ਜਿਹੜੀਆਂ ਐਡ ਵੀ ਕੀਤੀਆਂ ਗਈਆਂ ਨੇ ਸੰਸ਼ੋਧਨ ਹੋਏ ਨੇ ਉਹਦੇ ਵਿੱਚ ਕਈ ਧਾਰਾਵਾਂ ਨੇ ਜਿਵੇਂ ਤੁਸੀਂ 111 ਦੀ ਗੱਲ ਤੁਸੀਂ ਕੱਲ੍ਹ ਕੀਤੀ ਸੀ ਉਹਦੇ ਵਿੱਚ ਔਰਗਨਾਈਜ਼ ਕ੍ਰਾਈਮ ਦੀ ਗੱਲ ਹੋਈ ਹੈ ਉਹ ਬੜੀ ਸਖਤ ਧਾਰਾ ਹੈ ਅਤੇ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਇਹਦਾ ਯੂਜ਼ ਕੀਤਾ ਜਾ ਸਕਦਾ ਫੋਰ ਦਾ ਵੈਲਫੇਅਰ ਆਫ ਸੋਸਾਇਟੀ ਅਤੇ ਡੈਟਰੈਂਸ ਆਫ ਕ੍ਰਾਈਮ ਅਸੀਂ ਉਹ ਕਰਾਂਗੇ। ਜਦੋਂ ਦੇ ਆਖਰੀ ਸਵਾਲ ਤੇ ਆਉਂਦੇ ਆ ਜਦੋਂ ਤੁਸੀਂ ਚੱਕ ਲਿਆ ਜੀ NDPS ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਪ੍ਰੋਪਰਟੀ ਫੀਸ ਰਹੇ ਜਿਸ ਕਰਕੇ ਸਾਰਿਆਂ ਦਾ ਧਿਆਨ ਹੁਣ ਇਹਨਾਂ ਕੇਸਾਂ 'ਤੇ ਆ ਗਿਆ। ਦੈਟ ਮੀਨਸ ਕਿ NDPS ਦੇ ਉੱਤੇ ਤੁਸੀਂ ਤੁਹਾਡੀ ਫੋਰਸ ਕਾਫੀ ਕੰਮ ਕਰ ਰਹੇ ਨਾ ਕੇਵਲ, ਪਰ ਜਿਹੜੀ ਟੀਮ ਹੈ ਸਾਰਾ ਜਿਹੜੀਆਂ ਟੀਮਾਂ ਵੀ ਤੁਹਾਡੇ ਨਾਲ ਪੁਲਿਸ ਮੁਲਾਜ਼ਮ ਹੈ, ਦੇਖੋ ਉਹਨਾਂ ਦੀ ਤਾਂ ਤੁਸੀਂ ਪ੍ਰੋਪਰਟੀ ਫੀਸ ਕਰਾ ਲਈ, ਪਰ ਜਿਹੜੇ ਤੁਹਾਡੇ ਮੁਲਾਜ਼ਮ ਲਗਾਤਾਰ ਲੱਗੇ ਨੇ ਇਹਨਾਂ ਨੂੰ ਮੋਟੀਵੇਟ ਕਰਨ ਦੇ ਲਈ, ਕਿਉਂਕਿ ਕਈ ਵਾਰੀ ਸਰਟੀਫਿਕੇਟ ਵੀ ਮਿਲਦੇ ਨੇ। ਮੇਰਾ ਸਵਾਲ ਇਹ ਪੁਲਿਸ ਮੁਲਾਜ਼ਮਾਂ ਲਈ ਕਿ ਇਹਨਾਂ ਦੀਆਂ ਵੀ ਕਈ ਵਾਰੀ ਰਹਿ ਜਾਂਦੀਆਂ ਜੀ ਜਿਵੇਂ ਪ੍ਰਮੋਸ਼ਨ ਪੈਂਡਿੰਗ ਰਹਿ, ਜਿਹੜੇ ਕੰਮ ਕਰਦੇ ਨੇ ਇਸ ਪਾਸੇ ਵੀ ਸਰ ਤੁਹਾਡਾ ਧਿਆਨ ਹੈ, ਜਿਹੜੇ ਮੁਲਾਜ਼ਮ ਅੱਛਾ ਕੰਮ ਕਰਦੇ ਨੇ ਉਹਨਾਂ ਨੂੰ ਸਮੇਂ ਸਮੇਂ 'ਤੇ, ਕਿਉਂਕਿ ਜਿਹੜੀ ਟੀਮਾਂ ਤੁਹਾਡੇ ਕੋਲ ਬੈਠੀਆਂ ਨੇ ਇਸ ਵਕਤ ਸਾਰੇ ਅਧਿਕਾਰੀ ਫੀਲਡ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰਨ ਵਾਲੇ ਨੇ, ਮੈਂ ਤਾਂ ਕਰਕੇ ਦੇਖੋ ਜੀ ਜਿੱਥੋਂ ਤੱਕ ਰਿਵਾਰਡ ਅਤੇ ਅਵਾਰਡ ਦਾ ਸਵਾਲ ਹੈ, DGP ਸਾਹਿਬ ਵੱਲੋਂ ਬੜਾ ਸਾਡੇ ਲਈ ਕਲੀਅਰ ਕੱਟ ਇੱਕ ਸੰਦੇਸ਼ ਹੈ ਕਿ ਜਿੱਥੇ ਅਸੀਂ ਕੰਮ ਕਰਾਂਗੇ ਅਤੇ ਵਧੀਆ ਕੰਮ ਕਰਾਂਗੇ ਅਤੇ ਸਾਡੀ ਟੀਮਸ ਜਿਹੜੀਆਂ ਵਧੀਆ ਕੰਮ ਕਰਨਗੀਆਂ ਉਹਨਾਂ ਨੂੰ ਰਿਵਾਰਡ ਅਤੇ ਅਵਾਰਡ ਜੋ ਉਹਨਾਂ ਦੇ ਬਣਦੇ ਉਹ ਦਿੱਤੇ ਜਾਣਗੇ। ਪਰ ਜਿੱਥੇ ਵੀ ਕੁਤਾਹੀ ਹੋਏਗੀ ਉੱਥੇ ਸਖਤ ਐਕਸ਼ਨ ਵੀ ਲਿਆ ਜਾਏਗਾ। ਜਿੱਥੇ ਕਿਤੇ ਕਿਸੇ ਮੁਲਾਜ਼ਮ ਦੀ ਕਟਿੰਗ ਐਜ ਲੈਵਲ 'ਤੇ ਕੋਈ ਮਿਲੀ ਭੁਗਤ ਸਾਹਮਣੇ ਆਉਂਦੀ ਹੈ ਉੱਥੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਅਤੇ ਜਿੱਥੇ ਤੱਕ ਹੋ ਸਕਦਾ ਡਿਸਮਿਸਲ ਤੱਕ ਵੀ ਉਹਨੂੰ ਪਹੁੰਚਾਇਆ ਜਾਏਗਾ। ਇਹ ਮਤਲਬ ਜਿਹੜਾ ਅੱਛਾ ਕੰਮ ਕਰਨਗੇ ਉਹਨਾਂ ਚੰਗਾ ਰਿਵਾਰਡ ਜੀ। ਜੀ ਉਹਦੇ ਵਿੱਚ ਅਸੀਂ 7-8 ਕਿਲੋਮੀਟਰ ਤੱਕ ਜਿਹੜਾ CCTV ਫੁਟੇਜ ਜਿਹੜੇ ਹੈਗੇ ਆ ਉਹ ਅਸੀਂ ਕੰਗਾਲੇ ਨੇ, ਸਾਨੂੰ ਕਈ ਚੀਜ਼ਾਂ ਦਾ ਤਾਂ ਪਤਾ ਲੱਗਿਆ। ਉਹਦੇ ਵਿੱਚ 1-2 ਗੈਂਗਸ ਜਿਹੜੇ ਆਈਡੈਂਟੀਫਾਈ ਵੀ ਹੋ ਰਹੇ ਨੇ, ਮੋਡਸ ਓਪਰੈਂਡੇ ਦੇ ਆਧਾਰ 'ਤੇ ਵੀ ਅਸੀਂ ਜਿਹੜੇ ਚੀਜ਼ਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕਰ ਰਹੇ ਹਾਂ ਅਤੇ ਜਲਦੀ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਹੈਗੀ ਹੈ ਜੋ ਵੀ ਅੱਗੇ ਫਰਦਰ ਡਿਵੈਲਪਮੈਂਟ ਹੁੰਦੀ ਹੈ ਸਾਂਝੀ ਕੀਤੀ ਜਾਏਗੀ।